ਅਸਲਾਮੁਅਲੈਕੁਮ ਦੋਸਤੋ, ਤੁਸੀਂ ਵੇਖਦੇ ਪਏ ਹੋ ਆਪਣਾ ਦੇਸ਼ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਦਬਾਓ ਕਿ ਮੇਰੀ ਹਰ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਰੋਜ਼ ਤੁਹਾਡੇ ਵਾਸਤੇ ਤੁਹਾਡਾ ਵੀਰ ਨਦੀਮ ਖਰਲ ਇੱਕ ਨਵੀਂ ਤੋਂ ਨਵੀਂ ਖੂਬਸੂਰਤ ਸ਼ਾਹਕਾਰ ਵੀਡੀਓ ਲੈ ਕੇ ਹਾਜ਼ਰ ਹੁੰਦਾ। ਅੱਜ ਵੀ ਤੁਹਾਡੇ ਵਾਸਤੇ ਜਿਹੜਾ ਵੀਰ ਤੁਹਾਡਾ ਨਦੀਮ ਖਰਲ ਲੈ ਕੇ ਤੁਹਾਡੇ ਵਾਸਤੇ ਵੀਡੀਓ ਆਇਆ, ਬੜੀ ਖੂਬਸੂਰਤ ਇੱਕ ਮੱਝ ਦੀ, ਦੋ ਮੱਝਾਂ ਦਾ ਜੋੜਾ ਔਰ ਮੁੱਲ ਵੀ ਮਾਸ਼ਾਅੱਲਾ ਬੜਾ ਥੋੜਾ ਔਰ ਬੜਾ ਖੂਬਸੂਰਤ, ਔਰ ਸਾਰੀ ਚੀਜ਼ਾਂ ਮੇਰੇ ਕੈਮਰੇ ਦੇ ਅੰਦਰ। ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਸ਼ ਦਿਖਾਏਗਾ। ਕੈਮਰਾਮੈਨ ਸਰ, ਮੱਝ ਵਿਖਾਓ। ਸਾਰਾ ਕੁਝ ਮੇਰਾ ਕੈਮਰਾਮੈਨ ਤਸੱਲੀ ਬਖਸ਼ ਤੁਹਾਨੂੰ ਇੱਕ ਇੱਕ ਚੀਜ਼ ਨਿਪਲਾ ਲੰਗੇ ਪੂਰੇ ਥਣ ਔਰ ਪੂਰਾ ਥਣ ਛੱਡਾ, ਬੜਾ ਖੂਬਸੂਰਤ ਇਸ ਪਹਿਲਣ ਜੋੜ ਦਾ। ਤੁਸੀਂ ਵੇਖਦੇ ਪਏ ਹੋ ਚਰਦੀਆਂ ਪਈਆਂ ਮਾਰਦੀਆਂ ਮੱਝੀ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਸ਼ ਇੱਕ ਇੱਕ ਚੀਜ਼ ਦਿਖਾ ਰਿਹਾ, ਪੁੱਠਾ ਕੰਡ ਔਰ ਥਣ ਛੱਡਾ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਬਿਹਤਰੀਨ ਤਰੀਕੇ ਨਾਲ ਮੱਝ ਪਹਿਲਣ ਚੋਟੀ ਔਰ ਬੜੀ ਖੂਬਸੂਰਤ ਔਰ ਬੜੀ ਨਾਯਾਬ ਹੈ ਚੋਟੀ, ਮੇਰਾ ਕੈਮਰਾਮੈਨ ਤਸੱਲੀ ਦੇ ਨਾਲ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਔਰ ਇਹ ਬੜੀ ਖੂਬਸੂਰਤ ਚੋਟੀ ਹੈ, ਔਰ ਮੈਂ ਪੂਰੀ ਨਫਾਸਤ ਦੇ ਨਾਲ ਮੇਰਾ ਕੈਮਰਾਮੈਨ ਤੁਹਾਨੂੰ ਇੱਕ ਇੱਕ ਚੀਜ਼ ਖੂਬਸੂਰਤੀ ਦੇ ਨਾਲ ਦਿਖਾ ਰਿਹਾ ਔਰ ਇਹ ਤੁਹਾਨੂੰ ਪਸੰਦ ਵੀ ਆਏਗੀ। ਸਾਰਾ ਕੁਝ ਮੇਰਾ ਕੈਮਰਾਮੈਨ ਮੂੰਹ ਮੱਥਾ ਅੱਖੀ ਸਿਰ ਖੁੰਡਾ ਮੱਥਾ ਹਲਕਾ ਜਿਹਾ ਬੱਲਾ ਔਰ ਬੜਾ ਖੂਬਸੂਰਤ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤਸੱਲੀ ਬਖਸ਼ ਤੁਹਾਨੂੰ ਦਿਖਾ ਰਿਹਾ। ਥਣ ਚੜਾ ਬੜਾ ਖੂਬਸੂਰਤ, ਪੂਰੀਆਂ ਨਿਪਲਾ ਰੰਗਾ ਸੋਹਣਾ ਔਰ ਪੂਰਾ ਮਰਲੇ ਮਰਲੇ ਤੇ ਬਲਕਿ ਡੇਢ ਡੇਢ ਮਰਲੇ ਤੇ ਥਣ ਔਰ ਪੂਰੀ ਪੰਡਾ ਬੰਨੀ ਫਿਰਦੀ ਏ ਪਹਿਲਣ ਜੋਟ, ਅਜੇ ਪੰਜ ਸੱਤ ਦਿਨ ਦਸ ਦਿਨ ਲੈਂਦੀ ਏ। ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਸ਼ ਦਿਖਾ ਰਿਹਾ ਔਰ ਇਹ ਬੜੀ ਖੂਬਸੂਰਤ ਚੋਟੀ ਮੇਰਾ ਕੈਮਰਾਮੈਨ ਜਿਹੜਾ ਪੂਰੀ ਨਫਾਸਤ ਔਰ ਸ਼ਿੱਦਤ ਦੇ ਨਾਲ ਔਰ ਪੂਰੀ ਅਕਾਬ ਦੀ ਨਿਗਾਹ ਦੇ ਨਾਲ ਬਿਲਕੁਲ ਹਵਾਨੇ ਦੇ ਉੱਪਰ ਕੈਮਰਾ ਲਗਾ ਖੜਾ ਔਰ ਬੜੀ ਖੂਬਸੂਰਤ ਚੋਟੀ ਮੇਰਾ ਕੈਮਰੇ ਦੀ ਨਜ਼ਰ ਆਪਣਾ ਦੇਸ਼ ਪੰਜਾਬ ਤੇ। ਹਮੇਸ਼ਾ ਮੈਂ ਇੱਕ ਗੱਲ ਕਰਦਾ ਹੁੰਦਾ ਕਿ ਖੂਬਸੂਰਤ ਔਰ ਪਾਏਦਾਰ ਔਰ ਨਾਮੀਨੇਟ ਔਰ ਬੜੀਆਂ ਖੂਬਸੂਰਤ ਚੋਟੀਆਂ ਮੱਝੀ ਔਰ ਗਾਈ ਆਪਣਾ ਦੇਸ਼ ਪੰਜਾਬ ਤੇ, ਔਰ ਜਨਾਬ ਸਭ ਤੋਂ ਪਹਿਲੇ ਇੱਕ ਨੰਬਰ ਵਾਲੀ ਜੋਟੀ ਮੇਰੇ ਕੈਮਰੇ ਦੀ ਨਜ਼ਰ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਸ਼ ਦਿਖਾ ਰਿਹਾ ਔਰ ਇਹ ਬੜੀ ਖੂਬਸੂਰਤ ਜੋਟੀ ਹੈ। ਇਹ ਮੈਂ ਤੁਹਾਨੂੰ ਦਿਖਾਉਂਦਾ ਪੈਂਦੀ ਅਸੀਲਤ ਔਰ ਬੜੀ ਬਾਹਰ ਦੀਆਂ ਚਰਨ ਵਾਲੀਆਂ ਇਹ ਜੋਟੀਆਂ, ਜੋਟੀ ਨੰਬਰ ਇੱਕ ਤੇ ਫਿਰ ਜੋਟੀ ਨੰਬਰ ਦੋ। ਮੇਰਾ ਕੈਮਰਾਮੈਨ ਤੁਹਾਨੂੰ ਇੱਕ ਇੱਕ ਚੀਜ਼ ਦਿਖਾਏਗਾ ਪੂਰੀ ਤਸੱਲੀ ਦੇ ਨਾਲ ਔਰ ਪੂਰੀ ਇਮਾਨਦਾਰੀ ਦੇ ਨਾਲ ਇਨਸ਼ਾਅੱਲਾ, ਔਰ ਬੜੀ ਇਹਦੀਆਂ ਚੀਜ਼ਾਂ ਘੱਟ ਹੀ ਕੋਈ ਮਾਈਦਾ ਲਾਲ ਆਪਣੇ ਚੈਨਲ ਤੇ ਦਿਖਾਏਗਾ। ਇਹ ਤੁਹਾਡੇ ਵੀਰ ਨੂੰ ਅੱਲਾ ਪਾਕ ਨੇ ਕਰਮ ਹੈ ਖਾਸ ਮੁਹੱਬਤਾਂ ਨੇ ਮੇਰੇ ਸੋਹਣੇ ਵੀਰਾਂ ਦੀਆਂ ਬਰਾਵਾਂ ਦੀਆਂ ਕਿ ਜਿਹੜੀਆਂ ਏਡੀਆਂ ਖੂਬਸੂਰਤ ਔਰ ਨਯਾਬ ਚੀਜ਼ਾਂ ਜਿਹੜੀਆਂ ਨੇ, ਅੱਲਾ ਦੀ ਰਹਿਮਤ ਹੈ ਕਿ ਜਿਹੜਾ ਮਾਲਕ ਮਿਹਰਬਾਨੀ ਕਰਕੇ ਖੁਦ ਫੋਨ ਕਰਕੇ ਬੁਲਾਉਂਦੇ ਨੇ ਔਰ ਦੱਸਦੇ ਨੇ ਕਿ ਸਾਡੇ ਕੋਲ ਏਡੀ ਖੂਬਸੂਰਤ ਔਰ ਨਯਾਬ ਚੀਜ਼ ਖੜੀ ਹੈ। ਅੱਖ ਨੱਕ ਔਰ ਮੱਥਾ ਤੁਸੀਂ ਵੇਖਦੇ ਪਏ ਉਸ ਜੋਟੀ ਦਾ, ਔਰ ਇਹ ਸਾਰਾ ਕੁਝ ਮੇਰੀ ਕੈਮਰੇ ਦੀ ਨਜ਼ਰ ਆਪਣਾ ਦੇਸ਼ ਪੰਜਾਬ ਟੀਵੀ ਤੇ। ਮੇਰਾ ਕੈਮਰਾਮੈਨ ਪੂਰੀ ਤਸੱਲੀ ਦੇ ਨਾਲ ਤੁਹਾਨੂੰ ਇੱਕ ਇੱਕ ਚੀਜ਼ ਦਿਖਾ ਰਿਹਾ, ਉਸ ਤੋਂ ਬਾਅਦ ਦੂਜੀ ਮੱਝ ਵਿਖਾਵਾਂਗੇ। ਲੇਕਿਨ ਪਹਿਲੇ ਦੀਆਂ ਗੱਲਾਂ ਜੇ ਮਾਲਕ ਨਾਲ ਕਰ ਲਈਏ ਸਾਰੀਆਂ ਪਿਆਰ ਦੀਆਂ ਕਿ ਆ ਜੀ ਇੱਥੇ ਆਓ, ਸਿਗਰਟ ਨੋ ਸਮੋਕਿੰਗ, ਸਮੋਕਿੰਗ ਨਹੀਂ ਚੱਲਣੀ ਪਈ, ਹਵਾ ਸਿਗਰਟ ਪਰ ਰੱਖ ਦੇ, ਸਿਗਰਟ ਨਹੀਂ ਚੱਲਣੀ, ਸਿਗਰਟ ਜਿਹੜੀ ਹੈ ਨੋਟ ਅਲਾਊਡ ਹੈ। ਅਸਲਾਮੁਅਲੈਕੁਮ। ਵਾਲੈਕੁਮ ਸਲਾਮ ਭਾਈ ਸਾਹਿਬ, ਕੀ ਹਾਲ ਚਾਲ ਨੇ? ਠੀਕ ਠਾਕ। ਪੂਰਾ ਇਲਾਕਾ ਤੁਹਾਨੂੰ, ਪੂਰਾ ਬੰਦੇ ਹਰ ਬੰਦਾ ਤੁਹਾਨੂੰ ਪਹਿਲੇ ਹੀ ਜਾਣਦਾ ਹੈ, ਤੁਹਾਡੀ ਸ਼ਕਲ ਤੋਂ ਤੁਹਾਨੂੰ ਲੋਕ ਪਹਿਚਾਣਦੇ ਨੇ ਕਿ ਬੰਦਾ ਕੌਣ ਹੈ, ਔਰ ਤੁਸੀਂ ਬੜੇ ਫੇਮਸ ਰਹੇ ਹੋ ਪਿਛਲੇ ਦਿਨਾਂ ਚ, ਸਾਡੇ ਮੇਰੇ ਖਾਸ ਹੋ ਚੈਨਲ ਤੇ ਨਹੀਂ ਮਗਲੇ ਚੈਨਲ ਤੇ ਰਹੇ ਹੋਗੇ, ਲੋਕ ਤੁਹਾਨੂੰ ਜਾਣਦੇ ਨੇ, ਲੋਕਾਂ ਦਾ ਤੁਹਾਡਾ ਤਲਕ ਵਾਹ ਵੀ ਬੜਾ ਹੈ। ਅੱਲਾ ਪਾਕ ਤੁਹਾਨੂੰ, ਤੁਹਾਡਾ ਨਾਮ ਦੱਸੋ ਕਦਰ ਆਪਣਾ ਸਕਰੀਨ ਤੇ। ਕਾਲੇ ਖਾਂ ਸਿਆਲ। ਕਾਲੇ ਖਾਂ ਸਿਆਲ ਜੀ, ਇਹ ਕਾਲੇ ਖਾਂ ਸਿਆਲ ਸਾਹਿਬ ਨੇ ਜਨਾਬ ਕੋਤਾ ਦੇ ਨਾਲ ਨਵਾਈ ਕਸਬਾ ਉੱਥੇ ਜਨਾਬ ਰਹਿੰਦੇ ਨੇ, ਇਹ ਮੇਰੇ ਵੀਰ ਹੋਰੀ ਤੇ ਇਹ ਜਨਾਬ ਜਿਹੜਾ ਇਹਨਾਂ ਦੀਆਂ ਮੱਝਾਂ ਦੋ ਨੇ ਅੱਜ, ਇੱਕ ਪਹਿਲਣ ਮੈਂ ਵਿਖਾਈਏ। ਕਾਲੇ ਖਾਂ ਸਿਆਲ ਸਾਹਿਬ, ਦੱਸੋਗਾ ਜਿਹੜੀ ਇਹ ਪਹਿਲਣ ਹੈ, ਤੁਹਾਡੀ ਮੱਝ ਇਹਦਾ ਕੀ ਹਿਸਾਬ ਕਿਤਾਬ ਹੈ, ਦੁੱਧ ਕਿੰਨਾ ਕਰੇਗੀ, ਸੂਣ ਨੂੰ ਕਿੰਨੇ ਦਿਨ ਲੈਂਦੀ ਹੈ, ਥਣ ਚਿੱਡੇ ਚ ਕੋਈ ਵਾਧਾ ਘਾਟਾ ਹੈ ਕਿ ਨਹੀਂ ਹੈ, ਨਸਲ ਜਾਤ ਕੀ ਹੈ, ਦੁਨੀ ਕੌੜੀ ਦਾ ਕੀ ਹਿਸਾਬ ਕਿਤਾਬ ਹੈ, ਚਮੜੀ ਕਿਵੇਂ ਦੀ ਹੈ, ਇਹ ਸਾਰੀਆਂ ਗੱਲਾਂ ਇੱਕੇ ਸਾਹਿਬ ਦੱਸਣੀਆਂ ਨੇ ਮਾਰ ਸਾਹਿਬ। ਦੇਖਣਾ ਜੀ, ਇਹ ਜੋਟੀ ਪਿਓਰ ਨੀਲੀ ਦੀ ਹੈ, ਲੇਕਿਨ ਜੋਟੀ ਮੇਰੀ ਆਪੇ ਆਪ ਫੈਸਲਾ ਕਰਸੀ ਜੀ। ਜਿਹੜੇ ਬੰਦੇ ਜੋਟੀਆਂ ਸਮਝਦੇ ਨੇ ਜਾਂ ਮਹੀਂ ਦੀ ਪਛਾਣ ਕਰਦੇ ਨੇ, ਮੈਂ ਇਹਨੂੰ ਮੇਰੀ ਨੂੰ ਨਾ ਦੁਨੀ ਨਾ ਕੌੜੀ ਜੀ, ਠੀਕ ਹੈ, ਗੇਟ ਗੇਟ ਤੇ ਵੀਰਾ ਲੈ ਦੁਨੀ ਤੋਂ ਲੈ ਤੇ ਸੂ ਤੇ ਚੱਡਾ ਜੀ, ਅੱਲਾ ਦੇ ਹੁਕਮ ਨਾਲ ਮੈਂ ਬੜੀ, ਇਹ ਮੇਰੇ ਘਰ ਦੀ ਨਹੀਂ, ਇਹ ਵਪਾਰ ਦੀ ਹੈ, ਠੀਕ। ਤੇ ਵਿੱਚ ਮੈਂ ਵੀਡੀਓ ਵੇਖਦਾ, ਉਸ ਤੇ ਬੰਦੇ ਆਉਂਦੇ ਨੇ ਯਾਰ ਮੇਰਾ ਫਲਾਣਾ ਚੈਲੇਂਜ ਤੇ ਮੈਂ ਨੀਲੀ ਦੀ ਉਹ ਨੀਲੀ ਨੂੰ, ਬੰਦਿਆਂ ਨੂੰ ਨਹੀਂ ਪਤਾ ਮੈਂ ਨੀਲੀ ਦੀ ਕੀ ਹੁੰਦੀ ਹੈ, ਆ ਮੇਰੀਆਂ ਮਹੀਂ ਦੀ ਪਛਾਣ ਕਰਨ ਵੀ ਮੈਂ ਨੀਲੀ ਦੀ ਹੈ ਕਿ ਨਹੀਂ, ਮੈਂ ਦੀ ਦੁਨੀ ਵਿਖਾਵਣ ਕੋਲੀ ਵਿਖਾਵਣ, ਕੋਈ ਬੰਦਾ ਮੈਂ ਦੀ ਮੇਰੀ ਮੈਂ ਦੀ 3 ਫੁੱਟ ਦੀ ਕੰਨੀ ਹੈ, ਕੋਈ ਬੰਦਾ ਆਖੇ ਵੀ ਮੈਂ ਨੀਲੀ ਦੀ ਨਹੀਂ, ਮੈਂ ਮੁਫ਼ਤ ਦੇਸਾਂ, ਦੁਨੀ ਤੋਂ ਲੈ ਤੇ ਸਾਰ ਤੇ ਮੈਂ ਇਹਦਾ ਚੱਡਾ ਹੈ, ਇਹ ਤੁਹਾਡੇ ਅੱਗੇ ਹੈ, ਮੈਂ ਪਿਸ਼ਾਬ ਕਰਸੀ ਤਾਂ ਵੀ ਮੈਂ ਇਹਦੇ ਚੱਡੇ ਤੇ ਆ ਸੀ, ਫੋਸੀ ਕਰਸੀ ਤਾਂ ਵੀ ਕਰਸੀ ਉੱਤੇ ਚੱਡੇ ਤੇ ਆ ਸੀ, ਮੈਂ ਹਾਲੀ 10 ਦਿਨ ਨਹੀਂ ਸੁਣਦੀ, ਅਗਰ ਕੋਈ ਵੇਲੀ ਲਵੇ ਮੈਂ ਉਹ ਆਪਣੇ ਕੋਲ ਸਵਾਦ ਤੇ ਲੈ ਸਕਦਾ, ਥਣਾਂ ਦੀ ਗਰੰਟੀ ਦੇਵਾਂਗੇ, ਐਵੇਂ ਲੈ ਜਾਵੇ ਤੇ ਥਣਾਂ ਦੀ ਗਰੰਟੀ, ਅਗਰ ਕੋਈ ਨੁਕਸ ਹੋਵੇ ਤੇ ਆਪਾਂ ਕਿਰਾਇਆ ਵੀ ਆਉਂਦਾ ਬਰਸਾ ਤੇ ਮੈਂ ਆਦੀ ਵਾਪਸ ਲਿਸਾ। ਮਾਸਾ, ਸਾਰੀਆਂ ਗੱਲਾਂ ਤੁਹਾਡੀ, ਬੜਾ ਮੁਹੱਬਤ ਪਿਆਰ ਸੀ ਵਿਖਾਇਆ, ਬੜੀ ਚਾਹ ਸਾਨੂੰ ਦਿੱਤੀ, ਮੂੰਹ ਚ ਛਿੱਗੀ, ਮੂੰਹ ਚ ਛਿੱਗੀ ਪੂਰੀ ਛੱਕ ਕੱਢੀ ਖੜੀ। ਅੱਛਾ ਮਾਸਾ, ਇਹ ਦੱਸੋ ਕਿ ਜਿਹੜੀ ਇਹ ਜੋਟੀ ਹੈ, ਇਹਦਾ ਪਿਆਰ ਮੁਹੱਬਤ ਜਿੰਨੀਆਂ ਤੁਸੀਂ ਆਉਂਦੀਆਂ ਖਸੀਤਾਂ ਆਪ ਦੱਸਿਆ ਨੇ, ਇਸੇ ਮੁਹੱਬਤ
ਮੁੱਲ ਵੀ ਦੱਸੋ ਕਿੰਨਾ ਹੈ, ਜਿਹਦੇ ਚ ਪਿਆਰ ਮੁਹੱਬਤ ਬਹਿਸ ਕਰਨ ਦੀ ਲੋੜ ਹੀ ਨਾ ਪਵੇ ਔਰ ਮੁਹੱਬਤ ਪਿਆਰ ਨਾ ਜਾਨਵਰ ਦੇ ਲਈ। ਤੇ ਨਹੀਂ ਮੈਂ ਸਿਰਫ ਨਾ ਸ਼ੌਕ ਵਾਸਤੇ ਲਈਆਂ ਨਾ, ਵੇਖਦਾ ਵੀਡੀਓ ਵੀ ਆ, ਮੈਂ 7 ਲੱਖ ਦੀ ਆ, 10 ਲੱਖ ਦੀ ਆ, ਫਲਾਣੇ ਲੱਖ ਦੀ। ਇਹ ਨਦੀਮ ਬਾਈ ਤੈਨੂੰ ਮੈਂ ਦੱਸਾਂ 4,30,000 ਦੀ, 4,30,000 ਦੀ ਸਾਡੇ ਆਇਆਂ ਦਾ ਕੋਈ ਮੁਹੱਬਤ ਪਿਆਰ ਜਾਂ ਕੋਈ ਐਸੀ ਚੀਜ਼ ਕਿ ਐਡੀ ਕੁ ਪੰਡ ਜਿਹੜੀ ਆਪਣੇ ਕੋਲ ਚੱਕੀ ਨਾ ਜਾਵੇ ਤੇ ਬਾਅਦ ਚ ਆਪਾਂ ਸਿਰ ਪੁਣਾ ਪਈਏ। ਤੁਹਾਡੇ ਆਇਆਂ ਦੀ ਦੀਦ ਲਿਆ ਦੇ, ਤੂੰ ਮੈਨੂੰ ਆਖੀ ਵੀ ਮੈਂ ਕਿਸੇ ਨੂੰ ਮੁਫ਼ਤ ਦੇਣੀ ਹੈ, ਮੈਂ ਤਾਂ ਵੀ ਮੈਂ ਦੇ ਦੇਸ। ਹਰ ਬੰਦਾ ਮੱਝ ਨੂੰ ਵੇਖ ਕੇ ਮੁੱਲ ਲਾ ਦੇ, ਮਾਂ ਬੰਦਾ ਮੈਂ ਨੂੰ ਜਿੰਨੇ ਦੀ ਮੇਰੀ ਮੈਂ ਉਹਨੇ ਦਾ ਮੁੱਲ ਲਾ ਦੇਵੇ, ਉਹਨੇ ਦਾ ਮੁੱਲ ਲਾ ਦੇਵੇ। ਮਾਲ ਮੈਂ ਆਪਣੀ ਮਰਜ਼ੀ ਨਾਲ ਮੁੱਲ ਮੰਗਾ ਹੈ, ਕਿਸੇ ਬੰਦੇ ਲੈਣੀ ਉਹ ਸਾਰੀ ਮਰਜ਼ੀ ਨਾਲ ਮੁੱਲ ਲਾਉਣਾ, ਮੁੱਲ ਮਰਜ਼ੀ ਦਾ ਲਾ ਦੇ। ਚਾਹੇ ਮੈਂ ਰੁਪਈਏ ਦੀ ਦੇ ਸਕਦਾ, ਮੇਰੀ ਸਮਝ ਦੇ, ਚਾਹੇ ਮੈਂ 5 ਲੱਖ ਦੀ ਦੇ ਸਕਦਾ, ਮੈਂ 5 ਲੱਖ ਦੀ ਦੇ ਸਕਦਾ। ਬੜੀ ਮੁਹੱਬਤ ਜਨਾਬ ਮਾਰ ਸਾਹਿਬ, ਬੜਾ ਪਿਆਰੇ ਪਾਰੀਆਂ ਗੱਲਾਂ, ਬੜੀ ਮੁਹੱਬਤ ਵਾਲੀਆਂ ਗੱਲਾਂ। ਇਸ ਤੋਂ ਬਾਅਦ ਜਨਾਬ ਇੱਕ ਮੈਂ ਮੇਰਾ ਦਿਲ ਦਾ ਸ਼ੌਕ ਆ ਵੀ ਮੈਂ ਚੰਗੀਆਂ ਮੈਂ ਹੀ ਚੜਾ ਸਾਂ ਬੰਦਿਆਂ ਨੇ, ਵੀ ਆ ਨੀਲੀ ਦੀ ਆ, ਫਲਾਣੀ ਹੈ, ਆ ਹੁਣ ਪਛਾਣ ਕਰਨ ਵੀ ਆ ਨੀਲੀ ਦੀਆਂ ਮੱਝਾਂ ਆਉਂਦੀਆਂ। ਠੀਕ ਹੈ ਜੀ ਮਾਰ ਸਾਹਿਬ, ਦੂਸਰੀ ਮੱਝ ਤੁਹਾਨੂੰ ਵਿਖਾਵੇਗਾ ਮੇਰਾ ਕੈਮਰਾਮੈਨ ਜਨਾਬ ਮੀਣੀ ਔਰ ਸ਼ਾਹਕਾਲੀ ਜੋਟ ਹੈ ਜਨਾਬ, ਬੜੀ ਖੂਬਸੂਰਤ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ, ਬੜੀ ਆਲਾਕਾਰ ਔਰ ਬੜੀ ਖੂਬਸੂਰਤ ਇਹ ਮੱਝ ਹੈ ਜਨਾਬ। ਤੇ ਇਹ ਜਨਾਬ ਮਾਰ ਕਾਲੇ ਖਾਂ ਸਿਆਲ ਜਿਹੜੇ ਨੇ, ਦੂਸਰੀ ਜੋਟ ਜਿਹੜੀ ਹੈ ਇਹ ਬਟਨ ਲੱਗੇ ਨੇ, ਇਹਨਾਂ ਦੀ ਖਾਸੀਅਤ ਮਾਰ ਕਾਲੇ ਖਾਂ ਸਿਆਲ ਨੂੰ ਹੀ ਪੁੱਛਾਂਗੇ। ਤੇ ਮਾਰ ਕਾਲੇ ਖਾਂ ਸਿਆਲ ਸਾਹਿਬ ਜਿਹੜੇ ਨੇ ਇਹ ਜਿਹੜਾ ਹੈ ਸਾਰਾ ਕੁਝ ਦੱਸਣਗੇ। ਇਹ ਮਾਰ ਕਾਲੇ ਖਾਂ ਸਿਆਲ ਅੱਡੀ ਇੱਕ ਇਹ ਜੋਟੀ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ, ਇਹ ਇੱਕ ਇੱਕ ਚੀਜ਼ ਜਿਹੜੀ ਹੈ ਤਸੱਲੀ ਬਖਸ਼, ਇਹ ਕਿੰਨੇ ਦਿਨ ਲੈਂਦੀ ਹੈ, ਬਿਰਲਾ ਇਹਦੀਆਂ ਵੀ ਕਿੱਟ ਕਿੱਟਦੀਆਂ ਨੇ, ਹਾਂਜੀ ਖੂਬਸੂਰਤੀ ਇਹਦੀ ਵੀ ਉਨੀ ਹੈ। ਅੱਛਾ ਦੱਸਣਾ ਇਹ ਹੈ ਕਿ ਜਿਹੜੇ ਦੋ ਬਟਨ ਨੇ, ਇਹਨੂੰ ਠੱਲ ਯਾਰ ਅੱਗੋ ਖਲੋ ਕੇ ਠੱਲ, ਅੱਗੋ ਠੱਲ ਸ਼ਾਇਦ। ਅੱਛਾ ਇਹ ਜਿਹੜੇ ਦੋ ਬਟਨ ਨੇ, ਇਹ ਨਿਸ਼ਾਨ ਦੀ ਮੈਂ ਕਰ ਰਿਹਾ, ਇਹ ਤੇ ਇਹ ਕੀ ਚੀਜ਼ ਹੈ? ਨਿਪਲਾਂ ਬੜੀਆਂ ਖੂਬਸੂਰਤ ਨੇ, ਥਣ ਚੱਡਾ ਬੜਾ ਖੂਬਸੂਰਤ ਹੈ, ਔਰ ਇਹਦਾ ਇਹ ਚੀਜ਼ ਲੋਕ ਕਹਿੰਦੇ ਨੇ ਇਹ ਮੈਂ ਪੂਰੀ ਮੋਠੇ ਚ ਕਰ ਲਈ, ਔਰ ਇਹਦੀ ਪਤਲੀ ਚਮੜੀ ਔਰ ਜਿਸਮ ਪੁੱਠਾ ਔਰ ਇੱਕ ਇੱਕ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਤੁਹਾਨੂੰ ਵਿਖਾ ਰਿਹਾ। ਮੀਣੀ ਹੈ, ਸ਼ਾਹ ਕਾਲੀਆਂ ਅੱਖਾਂ ਨੇ, ਮੀਣ ਹੈਗੇ ਨੇ 4-4, 5-5 ਇੰਚ ਦੇ, ਤੁਸੀਂ ਵੇਖਦੇ ਪਿਓ ਕਿੰਨੀ ਖੂਬਸੂਰਤ ਇਹ ਜੋਟੀ ਹੈ, ਔਰ ਸਾਰਾ ਕੁਝ ਮੇਰੀ ਕੈਮਰੇ ਦੀ ਨਜ਼ਰ ਤੁਹਾਨੂੰ ਮੇਰਾ ਕੈਮਰਾਮੈਨ ਦਿਖਾ ਰਿਹਾ। ਜਾਣ ਦਿਓ ਭਾਈ ਜੀ, ਜਾਣ ਦਿਓ, ਕੋਈ ਐਸੀ ਗੱਲ ਨਹੀਂ ਹੈ, ਤੁਹਾਨੂੰ ਜਾਣ ਦਿਓ ਜਿਹੜੀ ਆਪਾਂ ਗੱਲਬਾਤ ਵਿਖਾਣੀ ਸੀ ਵਿਖਾ ਲਈ। ਮਾਰ ਸਾਹਿਬ ਨੂੰ ਪੁੱਛਣਾ ਹੈ ਆਪਾਂ ਕਿ ਮਾਰ ਸਾਹਿਬ ਜਿਹੜਾ ਹੈ ਇਹਦਾ ਜੈਨਮਨ ਕਿੰਨੇ ਦਿਨ ਫੋਨ ਨੂੰ ਰਹਿੰਦੀ ਹੈ, ਕੀ ਹਿਸਾਬ ਕਿਤਾਬ ਕਰਦੀ ਏ, ਔਰ ਇਹਦੇ ਕੋਲ ਦੁੱਧ ਕਿੰਨਾ ਕਰ ਜਾਏਗੀ, ਔਰ ਜੋ ਵੀ ਸਾਰੀ ਗੱਲਾਂ ਨੇ ਇਹ ਮਾਰ ਸਾਹਿਬ ਨੂੰ। ਮਾਰ ਸਾਹਿਬ ਜਿਹੜੀ ਮੀਣੀ ਵਿਖਾਈ ਤੁਹਾਡੀ, ਹਾਂਜੀ ਸੋਹਣੀ ਹੈ, ਪਹਿਲੇ ਤੋਂ ਜਿਹੜੇ ਬਟਨ ਜੇ ਮੈਂ ਨਿਸ਼ਾਨੀ ਕੀਤੀ ਉਹ ਕੀ ਨੇ? ਇਹ ਤਾਂ ਨਿਸ਼ਾਨੀ ਹੁੰਦੀ ਹੈ ਬਟਨਾਂ ਦੀ, ਇਹ ਨਿਸ਼ਾਨੀ ਹੁੰਦੀ ਜਿਹੜਾ ਬੰਦਾ ਵਨਜਾਰਾ ਹੈ ਨਾ ਜੀ, ਮੈਂ ਤਾਂ ਸਮਝ ਆਇਆ ਜੀ, ਇਹ ਮੇਰੀ ਜਿਹੜੀ ਮੈਂ ਬਟਨ ਉਸ ਦਿਨ ਅੱਲਾ ਦੇ ਹੁਕਮ ਨਾਲ ਦੁਨੀ ਤੋਂ ਲਿਆ ਤੇ ਸਾਰ ਤੇ ਹੁੰਦਾ ਛੱਡਾ ਉਸ ਚੀਜ਼ ਦੁਨੀ ਸਾਰ ਤੇ ਛੱਡਾ, ਹਾਂਜੀ ਇਹ 10-15 ਦਿਨ ਮੈਂ ਨੀ ਸੁਣਦੀ ਜੀ, ਹੁਣੇ ਮੈਂ ਦੀਆਂ ਗਿੱਠ ਗਿੱਠ ਤੇ ਵਿਰਲਾ ਨਾ ਡੂੰਖੇ ਡੂੰਖੇ ਜਿਹੜਾ ਥਾਣ ਹੈ ਦੁਨੀ ਕੋਲ ਮੈਂ ਨੂੰ ਕੋਈ ਨੀ, ਬਿਲਕੁਲ ਦੁਨੀ ਕੋਲ ਸ਼ਾਹ ਕਾਲੀ ਮੈਂ ਹੈ, ਮੈਂ ਬੜਾ ਅਮੀਰ ਲੋਕ ਹੈ ਮੀਆਂ ਗੁਲਾਮ ਸਾਦਿਕ ਲਾਲੇ ਕਾ, ਇਧਰ ਕੈਮਰੇ ਚ ਵੇਖ ਦੱਸੋ, ਇੱਕ ਮੀਆਂ ਗੁਲਾਮ ਸਾਦਿਕ ਲਾਲੇ ਕਾ ਤਕਰੀਬਨ 200 ਮੈਂ ਚੋ ਮੈਂ ਆਈਆਂ ਨੇ ਜੀ ਜੀ, 200 ਮੈਂ ਇਕੱਠੀਆਂ ਕੱਢੀਆਂ ਨੇ, ਇਕੱਠੀਆਂ ਕੱਢੀਆਂ ਦੋਵੇਂ ਮੈਂ ਇੱਕੇ ਘਰ ਤੋਂ ਆਈਆਂ, ਇਹ ਮੈਂ ਮੂੰਹ ਚ ਮੈਂ ਚੌਗੀ ਹੈ ਜੀ, ਉਹ ਮੈਂ ਮੂੰਹ ਚ ਛਿੱਗੀ ਹੈ, ਵੱਡੀ ਜਿਹੜੀ ਪਹਿਲੇ ਵਿਖਾਈ ਉਹ ਛਿੱਗੀ ਹੈ, ਜਿਹੜੀ ਹੁਣ ਵਿਖਾਈ ਇਹ ਚੌਗੀ, ਉਹ ਛਿੱਗ ਦੇ ਦੰਦ ਕੱਢਦੀ ਪਈ ਹੈ ਜੀ, ਇਹ ਚੌਗ ਦੇ ਦੰਦ ਕੱਢਦੀ, ਇਹ ਚੌਗੀ ਹੈ ਉਹ ਛਿੱਗੀ ਹੈ, ਉਹ ਛਿੱਗੀ, ਇਹ ਜਿਹੜੀ ਮਿਣੀ ਹੈ ਚੌਗੀ ਹੈ, ਇਹ ਚੌਗੀ, ਉਹ ਜਿਹੜੀ ਪਹਿਲੇ ਵਿਖਾਈ ਉਹ ਛਿੱਗੀ ਹੈ। ਅੱਛਾ ਉਹਦਾ ਮੁੱਲ ਕੀਤਾ 4,30,000 ਰੁਪਇਆ, ਹਾਂਜੀ ਇਹਦਾ ਮੁੱਲ ਜਿਹੜਾ ਕਿੰਨਾ ਦੱਸੋ? ਇਹਦਾ ਮੁੱਲ ਕਰਨ ਨੂੰ ਜਿੰਨਾ ਕਰਾਈ ਜਾਵੇ ਆਪਾਂ ਜੋਟੀ ਦੇਣੀ 3,20,000, 3,20,000 ਰੁਪਇਆ ਮੁੱਲ ਹੈ ਜੀ, ਮੁਹੱਬਤ ਪਿਆਰ ਜਿਹੜਾ ਹੋ ਜਾਏਗਾ, ਹੋ ਜਾ ਸੀ ਜੋਟੀ ਦੀ ਕੰਨੀ ਤੇ ਜ਼ਰਾ ਲਾਵੀ ਨਾ ਵੀਡੀਓ, ਮੁਹੱਬਤ ਪਿਆਰ ਹੋ ਜਾਏਗਾ। ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਬਖਸ਼ ਦਿਖਾ ਰਿਹਾ, ਇੱਕ ਇੱਕ ਚੀਜ਼ ਕੋਈ ਇਸ਼ੂ ਨਹੀਂ ਹੈਗਾ, ਕੋਈ ਮਾਮਲਾ ਨਹੀਂ ਹੈ, ਕੋਈ ਬੰਦਾ ਮੇਰੀ ਮੈਂ ਦੇ ਨਾਲ ਮੈਂ ਟੋਰ ਤੇ ਛੱਡ ਦੇਵੇ ਜੀ ਜੀ, ਮੇਰੀ ਮੈਂ ਦੀ ਟੋਰ ਨਾਲ ਟੋਰ ਮੈਂ ਰਲਾ ਦੇਵੇ ਜੀ, ਮੈਂ ਤਾਂ ਮੈਂ ਫ੍ਰੀ ਦੇ ਦੇ। ਅੱਛਾ ਜੀ, 3,20,000, 3,20,000 ਮੁੱਲ ਕੀਤਾ ਮੇਰੇ ਵੀਰ ਨੇ, ਮੁਹੱਬਤ ਦਾਰਾ ਪੈ ਤੂੰ ਕਰਾ ਲਾਂਗੇ। ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੀ, ਮਿਲਾਂਗੇ ਨਵੀਂ ਵੀਡੀਓ ਨਾਲ, ਅੱਲਾ ਨਿਗਹਿਬਾਨ।